ਕੀ ਤੁਹਾਨੂੰ ਅਜਿਹੇ ਪਲੇਨ ਬਾਰੇ ਪਤਾ ਹੈ ਜਿਹੜੇ ਕਿ ਸਾਈਜ਼ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਨੇ ਇਹ ਇੰਨੇ ਜ਼ਿਆਦਾ ਵੱਡੇ ਨੇ ਜੇਕਰ ਇਹਨਾਂ ਦੇ ਵਿੱਚ ਇੱਕ ਸ਼ਹਿਰ ਵੀ ਰਹਿਣ ਲੱਗ ਜਾਵੇ ਤਾਂ ਵੀ ਜਗ੍ਹਾ ਨਹੀਂ ਘਟੇਗੀ ਇਹਨਾਂ ਜਹਾਜ਼ਾਂ ਦੇ ਨਾਮ ਕੀ ਨੇ ਤੇ ਕੀ ਕਾਰਨਾ ਕਰਕੇ ਇਹਨਾਂ ਨੂੰ ਨਾਰਮਲ ਜਹਾਜ਼ਾਂ ਤੋਂ ਇੰਨੇ ਵੱਡੇ ਬਣਾਇਆ ਗਿਆ ਹੈ ਤੇ ਬਿਨਾਂ ਰੁਕੇ ਕਿੰਨੀ ਦੂਰੀ ਤੈਅ ਕਰ ਸਕਦੇ ਨੇ ਕਿ ਇਹਨਾਂ ਨੂੰ ਉਤਾਰਨ ਦੇ ਲਈ ਕੋਈ ਅਲੱਗ ਤਰ੍ਹਾਂ ਦੇ ਏਅਰਪੋਰਟ ਬਣੇ ਹੋਏ ਨੇ ਅਜਿਹੀ ਰੋਚਕ ਤੱਥ ਚੈਨਲ ਲਈ ਜੁੜੇ ਰਹੋ ਮੇਰੇ ਨਾਲ ਮੈਂ ਤੁਹਾਡਾ ਹੋ ਜਸਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਜੋ ਟੀਵੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਇਸ ਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਦੇਣਾ ਤਾਂ ਜੋ ਹਰ ਤੁਹਾਨੂੰ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜਾਵੇ ਕਿਉਂਕਿ ਅਸੀਂ ਇਦਾਂ ਨੌਲੇਜ ਵਾਲੀਆਂ ਵੀਡੀਓ ਹੀ ਅਪਲੋਡ ਕਰਦੇ ਰਹਿੰਦੇ ਹਾਂ। ਵੈਸੇ ਤਾਂ ਪਲੇਨ ਦਾ ਸਫ਼ਰ ਕਰਨਾ ਹਰ ਇੱਕ ਨੂੰ ਪਸੰਦ ਹੁੰਦਾ ਹੈ ਕਿਉਂਕਿ ਇਹ ਹੋਰ ਆਵਾਜਾਈ ਦੇ ਸਾਧਨਾਂ ਦੇ ਨਾਲੋਂ ਕਾਫ਼ੀ ਜ਼ਿਆਦਾ ਆਰਾਮਦਾਇਕ ਹੁੰਦਾ ਹੈ। ਇਸ ਲਈ ਹਰ ਇੱਕ ਇਨਸਾਨ ਦੀ ਟਰੈਵਲ ਕਰਨ ਦੀ ਪਹਿਲੀ ਪਸੰਦ ਪਲੇਨ ਹੁੰਦੇ ਨੇ ਕਿਉਂਕਿ ਨਾ ਤਾਂ ਇਸ ਦੇ ਵਿੱਚ ਜ਼ਿਆਦਾ ਟਾਈਮ ਲੱਗਦਾ ਹੈ ਤੇ ਨਾ ਹੀ ਸਾਨੂੰ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ। ਤੁਸੀਂ ਕਾਫ਼ੀ ਜ਼ਿਆਦਾ ਜਹਾਜ਼ਾਂ ਦੇ ਵਿੱਚ ਸਫ਼ਰ ਕੀਤਾ ਹੋਵੇਗਾ ਪਰ ਜਿਹੜੇ ਵੱਡੇ ਸਾਈਜ਼ ਦੇ ਜਹਾਜ਼ਾਂ ਬਾਰੇ ਮੈਂ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸੂਗਾ ਉਹਨਾਂ ਦੀ ਤਾਂ ਗੱਲ ਹੀ ਹੋਰ ਹੈ। ਜਿਹੜਾ ਸਭ ਤੋਂ ਵੱਡਾ ਹਵਾਈ ਜਹਾਜ਼ ਹੈ ਉਸ ਲਿਸਟ ਦੇ ਵਿੱਚ ਪਹਿਲੇ ਨੰਬਰ ਤੇ ਆਉਂਦਾ ਹੈ ਏਅਰਬਸ ਬਲੂਗਾ XL। ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਜਹਾਜ਼ ਮੰਨਿਆ ਜਾਂਦਾ ਹੈ। ਇਸ ਜਹਾਜ਼ ਦੀਆਂ ਕਈ ਆਪਣੀਆਂ ਅਲੱਗ ਲੈਵਲ ਦੀਆਂ ਖੂਬੀਆਂ ਨੇ। ਇਸ ਜਹਾਜ਼ ਦਾ ਡਿਜ਼ਾਈਨ ਤੇ ਇਸ ਦਾ ਇੰਨਾ ਜ਼ਿਆਦਾ ਵਜ਼ਨ ਇਸ ਦੀ ਖੂਬਸੂਰਤੀ ਦੇ ਵਿੱਚ ਚਾਰ ਚੰਨ ਲਗਾ ਦਿੰਦਾ ਹੈ। ਜਦੋਂ ਇਹ ਜਹਾਜ਼ ਹਵਾ ਦੇ ਵਿੱਚ ਉਡਾਣ ਭਰਦਾ ਹੈ ਤਾਂ ਦੇਖਣ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕੋਈ ਵੱਡੇ ਸਾਈਜ਼ ਦੀ ਬੇਲ ਮੱਛੀ ਹਵਾ ਦੇ ਵਿੱਚ ਉੱਡ ਰਹੀ ਹੋਵੇ ਕਿਉਂਕਿ ਇਸ ਜਹਾਜ਼ ਦਾ ਡਿਜ਼ਾਈਨ ਬਿਲਕੁਲ ਬੇਲ ਮੱਛੀ ਵਰਗਾ ਹੈ। ਇਹ ਜਹਾਜ਼ ਇੰਨਾ ਜ਼ਿਆਦਾ ਵੱਡਾ ਹੈ ਕਿ ਇਹ ਇੱਕ ਟਾਈਮ ਤੇ 47,000 ਕਿਲੋਗ੍ਰਾਮ ਦਾ ਵਜ਼ਨ ਲੈ ਕੇ ਉੱਡ ਸਕਦਾ ਹੈ। ਇਸ ਜਹਾਜ਼ ਦੇ ਪੰਖ ਜਾਂ ਕਹੀਏ ਵਿੰਗਸ ਬਹੁਤ ਜ਼ਿਆਦਾ ਲੰਬੇ ਨੇ। ਇਹ ਇੱਕ ਸਾਈਡ ਤੋਂ ਦੂਜੀ ਸਾਈਡ ਤੱਕ 147 ਫੁੱਟ ਲੰਬੇ ਨੇ। ਇਸ ਜਹਾਜ਼ ਦੀ ਉਚਾਈ 57 ਫੁੱਟ ਹੈ ਯਾਨੀ ਕਿ ਇਹ ਜਹਾਜ਼ 5 ਮੰਜ਼ਿਲਾ ਇਮਾਰਤ ਜਿੰਨਾ ਉੱਚਾ ਹੈ। ਇਸ ਜਹਾਜ਼ ਨੂੰ ਲੋਕਾਂ ਦੇ ਸਫ਼ਰ ਕਰਨ ਦੇ ਲਈ ਨਹੀਂ ਬਣਾਇਆ ਗਿਆ ਬਲਕਿ ਇਸ ਜਹਾਜ਼ ਨੂੰ ਬਹੁਤ ਜ਼ਿਆਦਾ ਵੱਡੇ ਤੇ ਭਾਰੀ ਸਮਾਨ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਲਦੀ ਦੇ ਨਾਲ ਪਹੁੰਚਾਉਣ ਦੇ ਲਈ ਬਣਾਇਆ ਗਿਆ ਹੈ। ਜੇਕਰ ਇਸ ਜਹਾਜ਼ ਦੇ ਵਿੱਚ 40 ਟਨ ਮਾਲ ਲੱਦਿਆ ਹੋਵੇ ਤਾਂ ਇਹ ਬਿਨਾਂ ਰੁਕੇ ਇੱਕ ਵਾਰ ਦੇ ਵਿੱਚ 27,779 ਕਿਲੋਮੀਟਰ ਲੰਬੀ ਉਡਾਣ ਭਰ ਸਕਦਾ ਹੈ। ਇਸ ਦੀ ਤੇਲ ਦੀ ਕਪੈਸਿਟੀ 6,303 US ਕੈਨਨ ਹੈ। ਇਸ ਜਹਾਜ਼ ਨੂੰ 2009 ਦੇ ਵਿੱਚ ਤਿਆਰ ਕਰ ਲਿਆ ਗਿਆ ਸੀ ਪਰ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਲਗਾਤਾਰ ਇਹ ਜਹਾਜ਼ ਨੂੰ 200 ਵਾਰ ਟੈਸਟ ਕੀਤਾ ਗਿਆ। ਫਿਰ ਜਾ ਕੇ ਇਸ ਨੂੰ 11 ਸਾਲ ਬਾਅਦ 2020 ਦੇ ਵਿੱਚ ਲਾਂਚ ਕੀਤਾ ਗਿਆ। ਇਸ ਤੋਂ ਬਾਅਦ ਆਉਂਦਾ ਹੈ ਜੀ ਬੋਇੰਗ 747 ਡ੍ਰੀਮ ਲਿਫਟਰ। ਇਸ ਵੱਡੇ ਸਾਈਜ਼ ਦੇ ਜਹਾਜ਼ ਨੂੰ ਬੋਇੰਗ ਕੰਪਨੀ ਨੇ ਸਨ 2000 ਦੇ ਵਿੱਚ ਬਣਾਇਆ ਸੀ। ਇਹ ਜਹਾਜ਼ ਇੰਨਾ ਜ਼ਿਆਦਾ ਵੱਡਾ ਹੈ ਕਿ ਇਸ ਦੇ ਵਿੱਚ ਆਸਾਨੀ ਦੇ ਨਾਲ 2 ਤੋਂ 3 ਜਹਾਜ਼ ਫਿੱਟ ਹੋ ਸਕਦੇ ਨੇ। ਇਹ ਜਹਾਜ਼ ਨੂੰ ਵੱਡੇ ਤੇ ਭਾਰੀ ਕਾਰਗੋ ਨੂੰ ਲਿਜਾਣ ਦੇ ਲਈ ਬਣਾਇਆ ਗਿਆ ਹੈ। ਇਹ ਜਹਾਜ਼ ਦੁਨੀਆ ਦਾ ਸਭ ਤੋਂ ਵੱਡਾ ਕਾਰਗੋ ਲੋਡਰ ਹਵਾਈ ਜਹਾਜ਼ ਵੀ ਹੈ। ਇਸ ਜਹਾਜ਼ ਦੀ ਸਪੀਡ 13,450 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਤੋਂ ਬਾਅਦ ਆਉਂਦਾ ਹੈ ਜੀ ਏਰੋ ਸਪਾਈਸ ਲਾਈਨ ਸੁਪਰ ਗੁੱਪੀ। ਇਹ ਕਿੰਨਾ ਜ਼ਿਆਦਾ ਵੱਡਾ ਹੈ ਤੁਸੀਂ ਇਸ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ। ਇਸ ਨੂੰ ਵੀ ਲੋਕਾਂ ਦੇ ਸਫ਼ਰ ਕਰਨ ਦੇ ਲਈ ਨਹੀਂ ਵਰਤਿਆ ਜਾਂਦਾ ਬਲਕਿ ਇਹ ਵੀ ਇੱਕ ਕਾਰਗੋ ਪਲੇਨ ਹੈ। ਇਸ ਜਹਾਜ਼ ਦੇ ਵਿੱਚ ਮਹਿੰਗੇ ਅਤੇ ਭਾਰੀ ਕਾਰਗੋ ਨੂੰ ਲੋਡ ਕਰਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਪਹੁੰਚਾਇਆ ਜਾਂਦਾ ਹੈ। ਨਾਸਾ ਨੇ ਜਦੋਂ ਵੀ ਆਪਣੇ ਰਾਕਟ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਭੇਜਣਾ ਹੁੰਦਾ ਹੈ ਉਹ ਇਹੀ ਪਲੇਨ ਦੀ ਵਰਤੋਂ ਕਰਦੇ ਨੇ ਕਿਉਂਕਿ ਇੰਨੇ ਵੱਡੇ ਅਤੇ ਇੰਨੇ ਮਹਿੰਗੇ ਰਾਕਟ ਨੂੰ ਤੁਸੀਂ ਕਿਸੇ ਨਾਰਮਲ ਜਹਾਜ਼ ਰਾਹੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਨਹੀਂ ਭੇਜ ਸਕਦੇ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਨਾਸਾ ਹੀ ਇਕੱਲੀ ਅਜਿਹੀ ਫਰਮ ਜਾਂ ਕਹੀਏ ਕੰਪਨੀ ਹੈ ਜਿਹੜੀ ਇਸ ਜਹਾਜ਼ ਨੂੰ ਵਰਤਦੀ ਹੈ। ਇਸ ਜਹਾਜ਼ ਨੂੰ ਬਣਾਉਣ ਦੇ ਲਈ $3 million ਖਰਚ ਕੀਤੇ ਗਏ ਸਨ ਤੇ ਇਹ ਜਹਾਜ਼ 1965 ਦੇ ਵਿੱਚ ਬਣਾਇਆ ਗਿਆ ਸੀ। ਉਸ ਸਮੇਂ ਦਾ ਇਹ ਸਭ ਤੋਂ ਮਹਿੰਗਾ ਜਹਾਜ਼ ਸੀ। ਅਗਲਾ ਵੱਡਾ ਜਹਾਜ਼ ਹੈ ਜੀ ਐਂਟੋਨੋਵ 225 ਮਾਇਰਾ। ਇਹ ਕਾਰਗੋ ਜਹਾਜ਼ ਨੂੰ ਵਜ਼ਨ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਜਹਾਜ਼ ਮੰਨਿਆ ਜਾਂਦਾ ਹੈ ਕਿਉਂਕਿ 1980 ਦੇ ਵਿੱਚ ਯੂਕਰੇਨ ਅਤੇ SSR ਨੇ ਇਸ ਨੂੰ ਡਿਜ਼ਾਈਨ ਕੀਤਾ ਸੀ। ਇਸ ਜਹਾਜ਼ ਨੂੰ ਬਣਾਉਣ ਤੋਂ ਬਾਅਦ ਕਈ ਸਾਲ ਇਸ ਦੇ ਉੱਪਰ ਟੈਸਟ ਕੀਤੇ ਗਏ ਤੇ 1988 ਦੇ ਵਿੱਚ ਸਾਰੀਆਂ ਚੀਜ਼ਾਂ ਕਲੀਅਰ ਹੋਣ ਤੋਂ ਬਾਅਦ ਇਸ ਨੂੰ ਲਾਂਚ ਕੀਤਾ ਗਿਆ। ਇਸ ਜਹਾਜ਼ ਨੇ 1988 ਦੇ ਵਿੱਚ ਪਹਿਲੀ ਉਡਾਣ ਭਰੀ ਸੀ ਤੇ ਇਹ ਵੀ ਇੱਕ ਕਾਰਗੋ ਪਲੇਨ ਹੈ। ਇਸ ਜਹਾਜ਼ ਨੇ ਕੋਵਿਡ ਦੇ ਵਿੱਚ ਵੀ ਲੋਕਾਂ ਦੀ ਕਾਫੀ ਜ਼ਿਆਦਾ ਮਦਦ ਕੀਤੀ ਸੀ। ਕੋਵਿਡ ਦੀਆਂ ਦਵਾਈਆਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲਿਜਾ ਕੇ ਇਸ ਦੇ ਵਿੱਚ ਦਵਾਈਆਂ ਲੋਡ ਕਰਕੇ ਵੱਡੀ ਮਾਤਰਾ ਦੇ ਵਿੱਚ ਦੂਜੇ ਦੇਸ਼ਾਂ ਨੂੰ ਭੇਜੀਆਂ ਗਈਆਂ ਸਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਆਪਣੀ ਤਰ੍ਹਾਂ ਦਾ ਇੱਕੋ ਇੱਕ ਜਹਾਜ਼ ਸੀ ਪਰ ਰੂਸ ਅਤੇ ਯੂਕਰੇਨ ਦੇ ਯੁੱਧ ਦੇ ਦੌਰਾਨ ਇਹ ਜਹਾਜ਼ ਤਬਾਹ ਹੋ ਗਿਆ। ਇਸ ਜਹਾਜ਼ ਦਾ ਆਪਣਾ ਵਜ਼ਨ 410 ਟਨ ਸੀ। ਇਸ ਤੋਂ ਬਾਅਦ ਅਗਲਾ ਨੰਬਰ ਆਉਂਦਾ ਹੈ ਜੀ ਬੋਇੰਗ B-52 ਦਾ। ਇਸ ਜਹਾਜ਼ ਦੀ ਵਰਤੋਂ 1950 ਤੋਂ ਅਮਰੀਕਾ ਦੀ 에ਅਰਫੋਰਸ ਅਤੇ B-52 ਕੰਪਨੀ ਕਰ ਰਹੀ ਹੈ। ਇਹ ਇੱਕ ਬੰਬਰ ਯਾਨੀ ਕਿ ਬੰਬ ਸਿੱਟਣ ਵਾਲਾ ਪਲੇਨ ਹੈ ਤੇ ਇਸ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ। ਇਹ ਜਹਾਜ਼ 14,180 ਕਿਲੋਮੀਟਰ ਦੀ ਰੇਂਜ ਤੱਕ ਕਿਤੇ ਵੀ ਅਟੈਕ ਕਰ ਸਕਦਾ ਹੈ ਯਾਨੀ ਕਿ ਅਮਰੀਕਾ ਇਸ ਜਹਾਜ਼ ਰਾਹੀਂ ਦੁਨੀਆ ਦੇ ਕਿਸੇ ਵੀ ਦੇਸ਼ ਦੇ ਉੱਪਰ ਅਟੈਕ ਕਰ ਸਕਦਾ ਹੈ। ਇਸ਼ਾਲੀ ਅਤੇ ਭਰੋਸੇਯੋਗ ਹੈ ਕਿ ਇਸ ਦੇ ਰਾਹੀਂ ਪਰਮਾਣੂ ਬੰਬ ਦਾ ਵੀ ਹਮਲਾ ਕੀਤਾ ਜਾ ਸਕਦਾ ਹੈ। ਇਸ ਜਹਾਜ਼ ਦੇ ਵਿੱਚ ਜ਼ਿਆਦਾ ਲੋਕ ਨਹੀਂ ਬੈਠ ਸਕਦੇ। ਇਸ ਦੇ ਵਿੱਚ ਸਿਰਫ 5 ਲੋਕ ਬਹਿ ਸਕਦੇ ਨੇ। ਇਹ ਜਹਾਜ਼ ਇੱਕ ਵਾਰ ਦੇ ਵਿੱਚ 20 ਕਰੂਜ਼ ਮਿਜ਼ਾਈਲਾਂ ਆਪਣੇ ਨਾਲ ਲਿਜਾ ਸਕਦਾ ਹੈ। ਇਹ ਜਹਾਜ਼ 5,000 ਮੀਟਰ ਦੀ ਉਚਾਈ ਤੱਕ ਭਾਰੀ ਤੋਂ ਭਾਰੀ ਸਮਾਨ ਨੂੰ ਵੀ ਆਪਣੇ ਨਾਲ ਉੱਪਰ
ਬਦਲ ਜਾ ਸਕਦਾ ਹੈ। ਇਸ ਤੋਂ ਬਾਅਦ ਆਉਂਦਾ ਹੈ ਜੀ ਏਅਰਬਸ 340-300। ਇਹ ਜਹਾਜ਼ ਵੀ ਆਪਣੇ ਸਾਈਜ਼ ਦੇ ਹਿਸਾਬ ਦੇ ਨਾਲ ਬਹੁਤ ਜ਼ਿਆਦਾ ਵੱਡਾ ਹੈ ਤੇ ਇਸ ਨੂੰ 1993 ਦੇ ਵਿੱਚ ਲਾਂਚ ਕੀਤਾ ਗਿਆ ਸੀ। ਜੇਕਰ ਇਸ ਜਹਾਜ਼ ਦੇ ਵਜ਼ਨ ਦੀ ਗੱਲ ਕਰੀਏ ਤਾਂ ਇਸ ਦਾ ਵਜ਼ਨ ਤਕਰੀਬਨ 1,300 ਕਿਲੋਗ੍ਰਾਮ ਹੈ। ਆਪਣੇ ਇੰਨੇ ਵਜ਼ਨ ਦੇ ਬਾਵਜੂਦ ਵੀ ਇਹ ਬਹੁਤ ਸਾਰੇ ਯਾਤਰੀਆਂ ਨੂੰ ਆਪਣੇ ਨਾਲ ਲੈ ਕੇ ਉਡਾਣ ਭਰ ਸਕਦਾ ਹੈ। ਇਹ ਜਹਾਜ਼ 209 ਫੁੱਟ ਲੰਬਾ ਹੈ। ਇਸ ਦੇ ਬੈਂਕਸ 198 ਫੁੱਟ ਲੰਬੇ ਨੇ। ਇਸ ਜਹਾਜ਼ ਦੇ ਵਿੱਚ ਯਾਤਰੀਆਂ ਦੇ ਲਈ ਕਾਫੀ ਜ਼ਿਆਦਾ ਸਹੂਲਤਾਂ ਨੇ ਤੇ ਸੇਫਟੀ ਦੇ ਪੱਖੋਂ ਵੀ ਇਹ ਇੱਕ ਬਹੁਤ ਵਧੀਆ ਜਹਾਜ਼ ਹੈ। ਇਹ ਸਾਂਝੀ ਦੁਨੀਆ ਦੇ ਸਭ ਤੋਂ ਵੱਡੇ ਹਵਾਈ ਜਹਾਜ਼ ਤੇ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਧੰਨਵਾਦ।